ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚੇ ਹਾਂ ਦੋਸਤੋ ਪਿੰਡ ਸ਼ਖਰੀ, ਤਹਿਸੀਲ ਜ਼ਿਲ੍ਹਾ ਇਸ ਪਿੰਡ ਤੋਂ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਵੀਰ ਕੋਮਲ ਦੇ ਘਰ ਆਏ ਹਾਂ ਦੋਸਤੋ। ਅੱਜ ਜਿਹੜੀ ਵੀਡੀਓ ਦੋਸਤੋ ਵੀਰ ਕੋਮਲ ਦੇ ਘਰੋਂ ਆ, ਅਤੇ ਪਿੰਡ ਸ਼ਖਰੀ ਤੁਸੀਂ ਵਿਜਿਟ ਕਰਨੀ ਆ। ਸਰਿਆਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਆ, ਅਤੇ ਨਸ਼ਹਿਰੇ ਪਨੂੰਆਂ ਤੋਂ ਵੀ ਕੋਈ 3 ਕੁ ਕਿਲੋਮੀਟਰ 4 ਕਿਲੋਮੀਟਰ ਦੀ ਦੂਰੀ ਆ ਪਿੰਡ ਸ਼ਖਰੀ। ਪਿੰਡ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ, ਅਤੇ ਜੱਲੇਵਾਲ ਪਿੰਡ ਬਿਲਕੁਲ ਲਾਗੇ ਆ, ਅਤੇ ਠੱਠੀਆਂ ਮਹੰਤਾਂ ਵੀ ਥੋੜ੍ਹੀ ਦੂਰੀ 'ਤੇ ਆ। ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗ ਜਿਹੜੇ ਤੁਹਾਨੂੰ 3 ਦਿਖਾਉਣੇ ਆ, 2 ਢੁੱਕੀਆਂ ਗੱਭਣ ਤਿਆਰੀ ਵਾਲੀਆਂ ਮੱਝਾਂ ਦਿਖਾਵਾਂਗੇ। ਇੱਕ ਸੂਈ ਆ, ਸੱਜਰ ਤਾਜ਼ੀ ਸੂਈ ਆ, ਫੁੱਲ ਵੱਡੇ ਕੱਦ ਬੋਤ ਵਿੱਚ ਦੋਸਤੋ ਇਹ ਮੱਝ ਤੁਹਾਨੂੰ ਦਿਖਾ ਦਾਂਗੇ, ਅਤੇ 2 ਤਿਆਰੀ ਵਾਲੀਆਂ ਮੱਝਾਂ ਹੋਣਗੀਆਂ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ, ਫੁੱਲ ਇਨਫੋਰਮੇਸ਼ਨ ਸਾਰੇ ਭਰਾਵਾਂ ਨੂੰ ਮਿਲ ਸਕੇ। ਅੱਜ ਤਰੀਕ ਦੋਸਤੋ 15 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ, 16 ਜੁਲਾਈ ਨੂੰ ਮੋਰਨਿੰਗ ਸੁਬਹ 8 ਵਜੇ ਵੀਡੀਓ ਅਪਲੋਡ ਕਰ ਦਿਆਂਗੇ। ਆਓ ਲੈਂਦੇ ਹਾਂ ਵਧੇਰੇ ਡਿਟੇਲ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਕੋਮਲ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ, ਹੋਰ ਸੁਣਾਓ ਕਿਦਾਂ? ਠੀਕ ਠਾਕ ਜੀ, ਬਹੁਤ ਵਧੀਆ। ਕੋਮਲ ਵੀਰੇ, ਹਾਂਜੀ ਹਾਂਜੀ ਵਧੀਆ, ਕਿਵੇਂ? ਠੀਕ ਠਾਕ? ਹਾਂਜੀ ਹਾਂਜੀ ਵਧੀਆ ਵਧੀਆ, ਠੀਕ ਠਾਕ ਜੀ। ਠੀਕ ਹੈ ਜੀ। ਇਹ ਵੀ ਕੋਮਲ, ਅੱਜ ਆਪਣੇ ਕੋਲ ਟੋਟਲ 3 ਕੁ ਨਾਗ ਨੇ ਮੱਝਾਂ ਦੇ ਵਿੱਚ ਹੀ, ਖਾਸ ਤੌਰ ਤੇ। ਹਾਂਜੀ, 3 ਨਾਗ ਆ ਜੀ, ਜਿਨ੍ਹਾਂ 'ਚ 2 ਗੱਭਣਾਂ ਦੀ ਆ ਹਾਂ ਹਾਂ ਤੇ ਇੱਕ ਮੈਂ ਸੂਈ ਆ ਲਾਸਟ ਤੇ ਤਿਲ। ਠੀਕ ਹੈ ਜੀ। 2 ਗੱਭਣ 1 ਸੂਈ ਆ। ਹਾਂਜੀ ਠੀਕ ਹੈ ਜੀ। ਉਹ ਦੱਸੋ ਪਹਿਲਾਂ ਸ਼ੁਰੂਆਤ ਜਿਹੜੀ ਆਪਾਂ ਗੱਭਣ ਮੱਝਾਂ ਤੋਂ ਕਰਾਂਗੇ। ਠੀਕ ਹੈ ਜੀ, ਗੱਭਣ ਮੱਝਾਂ ਦਿਖਾ ਦਾਂਗੇ ਤੁਹਾਨੂੰ, ਤੇ ਲਾਸਟ ਦੇ ਵਿੱਚ ਜਿਹੜੀ ਸੂਈ ਆ ਤਾਜ਼ੀ ਮੱਝ, ਇਹਦੀ ਡਿਟੇਲ ਆਪਾਂ ਲੈ ਲਾਂਗੇ। ਠੀਕ ਹੈ ਜੀ। ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਦੋਸਤੋ, ਪੂਰੀ ਕੰਪਲੀਟ ਵੀਡੀਓ ਦੇਖਿਆ ਕਰੋ। ਠੀਕ ਹੈ ਜੀ। ਬਹੁਤੇ ਵੀਰ ਕਈ ਸਕਿੱਪ ਕਰਕੇ ਵੀਡੀਓ ਦੇਖਦੇ ਆ, ਸੋ ਜਿਹੜੀ ਜਾਣਕਾਰੀ ਆਪਾਂ ਦੇਣੀ ਹੁੰਦੀ ਆ ਦੋਸਤੋ ਜਾਂ ਦਿੱਤੀ ਹੁੰਦੀ ਆ, ਉਹ ਵੀਰ ਕਈ ਸਕਿੱਪ ਕਰ ਦਿੰਦੇ ਆ। ਠੀਕ ਹੈ ਜੀ। ਤੇ ਉਹ ਫਿਰ ਮਿਸ ਹੋ ਜਾਂਦਾ ਕੁਝ ਪਾਰਟ, ਤੇ ਬਾਅਦ ਵਿੱਚ ਕਈ ਵਾਰ ਤੁਸੀਂ ਸਾਈਬ ਨਾ ਕਰ ਲੈਂਦੇ ਜੇ ਇੱਥੇ ਆਣ ਕੇ, ਬਾਅਦ ਵਿੱਚ ਦੋਸਤੋ ਕਈ ਵਾਰ ਫਿਰ ਵੀਰ ਉਨੀ ਕੀ ਕਰਦੇ ਆ, ਇਸ ਕਰਕੇ ਪੂਰੀ ਕੰਪਲੀਟ ਵੀਡੀਓ ਵੇਖ ਲਿਆ ਕਰੋ। ਕੋਮਲ, ਪਹਿਲੇ ਨੰਬਰ ਤੇ ਇਸ ਮੱਝ ਤੋਂ ਕਰਦੇ ਆ ਸ਼ੁਰੂਆਤ, ਕੀ ਡਿਟੇਲ ਆ, ਸੂਆ ਕਿੰਨਾ ਹੁੰਦੀ ਆ? ਸੰਧੂ ਸਾਹਿਬ, ਇਹ ਤੀਜਾ ਸੂਆ ਸੂਗੀ ਜੀ। ਅੱਛਾ ਜੀ। ਹਾਂਜੀ, ਇਹਦੇ ਜਾਣ ਕੇ ਹਫਤਾ ਕੁ ਲਊਗੀ ਅਜੇ। ਹਫਤਾ ਬਾਕੀ ਆ। ਹਾਂਜੀ ਹਾਂਜੀ, ਅਰੇ ਸ਼ਾਇਦ ਹੀ ਉਹਨਾਂ ਟਿੱਪਣ ਤੋਂ ਪਹਿਲਾਂ ਇੱਕ ਨੰਬਰ ਆ ਜੀ। ਬਾਕੀ ਐਂ ਦੇਖੋ ਕਿੱਥੋਂ ਤੱਕ ਸਾਰ ਤੱਕ ਲਾਊਗੀ ਤਾਂ ਤੱਕ। ਦੋਸਤੋ ਮੱਝ ਇਹ ਵੀ ਚੰਗੀ ਆ, ਨੀਲੀ ਦੇ ਵਿੱਚ ਪਾਖਾ, ਬਿੱਲੀ ਮਣਕੀ ਬੋਲੀ, ਠੀਕ ਆ, ਬੱਲਾ ਮੱਥਾ, ਤੇ ਬੱਗੀ ਮੁੱਛ, ਨਾਸ ਬੱਗੀ, ਠੀਕ ਆ। ਤੇ ਤੀਜਾ ਸੂਆ ਦੱਸ ਰਿਹਾ ਵੀਰ ਵੀ ਤੀਜਾ ਸੂਆ ਸੂਗੀ, ਤੇ ਕੋਮਲ ਦੇਣ ਕਿੰਨੇ? 8-7 ਲੈ ਜੂ ਅਜੇ? ਸੰਧੂ ਸਾਹਿਬ ਹਫਤਾ ਲੈ ਜੂ ਆਰਾਮ ਨਾਲ ਜੀ, ਅਜੇ ਹਫਤਾ ਕੱਢਦੀ ਹੈ। ਹਾਂਜੀ ਹਾਂਜੀ, ਬਾਕੀ ਢਿੱਲਾ ਢਿੱਲਾ ਬਹੁਤ ਹੀ ਆ ਰਹੀਆਂ ਮੈਂ ਜੀ। ਲਓ ਜੀ, ਹਫਤਾ ਦੋਸਤੋ ਹਜੇ ਪੇਂਡਿੰਗ ਆ ਸਮਾਂ। ਠੀਕ ਆ ਜੀ, ਹਫਤਾ ਨੋਰਮਲ, ਠੀਕ ਆ ਜੀ, ਲੈ ਜੂਗੀ। ਤੇ ਬਾਕੀ ਵਜਨ ਲੋਡ ਪੂਰਾ, ਹਾਈਟ ਮੀਡੀਅਮ, ਦਰਮਿਆਨੀ ਹਾਈਟ ਆ, ਮੀਡੀਅਮ ਦੇ ਵਿੱਚ ਆ ਜਾਂਦੇ ਪਸ਼ੂ ਦੋਸਤੋ, ਮਧਰੀ ਡੌਲੀ ਵਾਲੇ ਆ, ਜਿਵੇਂ ਮਧਰੀ ਗੋਡੀ ਵਾਲੇ ਪਸ਼ੂ ਆਪਾਂ ਦੇਖਦੇ ਆ, ਹਾਈਟ ਮੀਡੀਅਮ ਦਰਮਿਆਨੀ ਆ। ਠੀਕ ਆ, ਵਜਨ ਲੋਡ ਪੂਰਾ ਇਸ ਮੱਝ ਦਾ। ਤੋ ਇੱਕ ਵਾਰੀ ਤੁਹਾਨੂੰ ਥੋੜ੍ਹਾ ਆਪਾਂ ਨੇੜਿਓਂ ਦਿਖਾ ਦਿੰਦੇ ਹਾਂ ਖਾਣ ਭਾਂਡਾ। ਠੀਕ ਆ ਜੀ। ਹਾਂ, ਇੱਕ ਵਾਰੀ ਫੇਸ ਕੁਆਲਿਟੀ ਵੇਖ ਸਕਦੇ ਹੋ, ਬਿਲ ਬਿਲਡਿੰਗਾਂ ਮਨ ਜਿਹੜੀਆਂ ਦੋਸਤੋ ਅੱਖਾਂ ਦੋਨੋਂ। ਅੱਛਾ ਕੋਮਲ, ਮੇਨ ਗੱਲ ਜਿਹੜੀ ਆ ਗੱਭਣ ਮੱਝ ਆ, ਕੋਈ ਭਾਰ ਪਿੱਛੇ ਦੀ, ਕੋਈ ਥਣਾਂ ਦੀ, ਕੋਈ ਅਭਿਨਵੀ? ਸੰਧੂ ਸਾਹਿਬ, ਟਿੱਪਣ 1 ਨੰਬਰ ਹੋ ਗਈ, ਪਿਛਾ ਮੈਂ ਮਾਰੇ 2 ਦਿਨਾਂ ਦੀ ਫੁੱਲ ਗਰੰਟੀ ਆਪਣੀ ਆ, 2 ਦਿਨਾਂ ਦੀ। 2 ਦਿਨਾਂ ਦੀ? ਹਾਂਜੀ ਹਾਂਜੀ। ਠੀਕ ਤੇ ਹੈ ਜੀ। ਟਿੱਪਣ ਮੈਂ 1 ਨੰਬਰ, ਐਨ ਭੈਣ ਭਰਾ ਜਿਹੜਾ ਵੇ ਟਿੱਪ ਕੇ ਤਸੱਲੀ ਕਰਿਆ, ਐਨ ਕੋਈ ਨਾੜ ਨਹੀਂ, ਕੋਈ ਗਿਲਟੀ ਨਹੀਂ। ਠੀਕ ਹੈ ਜੀ। ਆਪਾਂ ਆਪਦੀ ਫੁੱਲ ਤਸੱਲੀ ਕਰਕੇ ਲੈਣੀ, ਜਿਹੜੇ ਭੈਣ ਭਰਾ ਲੈਣੇ ਆ ਤਸੱਲੀ ਕਰਕੇ ਖੜੇ। ਲਓ ਦੋਸਤੋ, ਕੋਈ ਵੀਰ ਆ ਰਿਹਾ ਖਰੀਦਦਾਰ, ਆਪਣੀ ਤਸੱਲੀ ਕਰੋ। ਠੀਕ ਆ ਜੀ, ਅੱਗੋਂ ਵਪਾਰ ਦਾ ਕੰਮ ਆ, ਤਸੱਲੀ ਕਰਕੇ ਲੈ ਕੇ ਆਏ ਆ, ਤੇ ਭਾਰ ਪਿੱਛੇ ਦੀ ਕੋਈ ਥਣਾ ਸੰਬੰਧੀ ਕੋਈ ਵੀ ਜਿਹੜੀ ਦੋਸਤੋ ਕੋਈ ਦਿੱਕਤ ਨਹੀਂ ਗੀ, ਕੋਈ ਮਸਲਾ ਨਹੀਂ ਗਾ। ਠੀਕ ਆ ਜੀ, ਫਿਰ ਵੀ ਤੁਸੀਂ ਆਪਣੀ ਤਸੱਲੀ ਕਰੋ। ਠੀਕ ਆ, ਵਜਨ ਵੁਜਨ ਪੂਰਾ ਮੱਝ ਦਾ, ਬਾਕੀ ਆ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾ ਦਿੰਦੇ ਆਪਾਂ। ਲਓ ਜੀ, ਸੰਧੂ ਸਾਹਿਬ, ਰਿਕਾਰਡ ਰਿਕੂਡ ਵੀ ਬਹੁਤ ਚੰਗਾ ਮੈਂ ਦਾ। ਘਰ ਵਾਲਿਆਂ ਨੇ ਦੱਸਣ ਦੇ ਮੁਤਾਬਕ ਵੀ ਪਿਛਲੇ ਸੂਏ 13 ਕਿਲੋ ਦੁੱਧ ਕੱਢਿਆ। ਅੱਛਾ ਜੀ। ਹਾਂਜੀ ਦੂਜੇ ਹਾਂਜੀ ਸੂਏ? ਹਾਂਜੀ, ਦੂਜੇ ਸੂਏ ਦਾ। ਠੀਕ ਹੈ ਜੀ।
ਆਪਾਂ ਨੂੰ ਫੁੱਲੀ ਗਰੰਟੀ ਦਿੱਤੀ 13 ਕਿਲੋ ਦੀ, ਪਰ ਆਪਾਂ ਪਾਈਆ ਦੀ ਵੀ ਨਹੀਂ ਦੇਣੀ। ਓ ਬਿਲਕੁਲ ਜੀ, ਹਾਂਜੀ ਹਾਂਜੀ, ਬਾਕੀ ਗੱਬੜ ਮੈਂ ਆਪਾਂ ਥਣ ਵੇਖ ਕੇ ਲਈਏ, ਥਣਾ ਨਾ ਦੇ ਦੇਣੀ। ਬਿਲਕੁਲ ਜੀ ਬਿਲਕੁਲ। ਦੁੱਧ ਦੋਸਤੋ ਆਪਾਂ ਵਾਰ ਵਾਰ ਕਹਿੰਦੇ ਹਾਂ ਸੇਵਾ ਦਾ, ਸੇਵਾ ਕਿਸੇ ਵੀਰ ਦੀ ਜ਼ਿਆਦਾ ਚੰਗੀ ਵੀ ਹੋ ਸਕਦੀ ਹੈ, ਨੋਰਮਲ ਵੀ ਹੋ ਸਕਦੀ ਹੈ। ਪਸ਼ੂ 10 ਲੀਟਰ ਵੀ ਚਵਾ ਸਕਦਾ, ਪਸ਼ੂ 12 ਲੀਟਰ ਵੀ ਚਵਾ ਸਕਦਾ, ਠੀਕ ਹੈ ਜੀ। ਅਤੇ ਬਿਲਕੁਲ ਭਰਿਆ ਭਾਂਡਾ, ਤਸੱਲੀਆਂ ਗਰੰਟੀਆਂ ਜਿਹੜੀਆਂ ਦੋਸਤੋ ਦੁੱਧ ਦੀਆਂ ਨਹੀਂ ਦਿੱਤੀਆਂ ਜਾਂਦੀਆਂ, ਕਿਉਂਕਿ ਅਗਲੇ ਘਰਾਂ ਦੇ ਵਿੱਚੋਂ ਪਸ਼ੂ ਆਉਂਦੇ ਆ। ਕਈ ਵਾਰ ਨੋਰਮਲ ਅਗਲੇ ਘਰ ਆ, ਕਈ ਸੱਜਣ ਵੀਰ ਵੇਚਣ ਬਾਰੇ ਕੁਛ ਵੀ ਉਨੀਕੀ ਵਧਾ ਚੜਾ ਕੇ ਵੀ ਗੱਲ ਕਰ ਸਕਦੇ ਆ, ਇਸ ਕਰਕੇ ਜਿਹੜਾ ਦੁੱਧ ਖਾਸ ਤੌਰ 'ਤੇ ਉਹ ਸੇਵਾ ਦਾ। ਬਾਕੀ ਆਹ ਡਰੂਡਰ ਦੀ ਇੱਕ ਵਾਰੀ ਕੁਆਲਿਟੀ ਵੇਖ ਲਓ ਬੈਕ ਸਾਈਡ ਤੋਂ, ਅਤੇ ਲਾਹੇ ਲੋਹੇ ਪਈ ਹੈ ਚੰਗਾ, ਠੀਕ ਹੈ ਜੀ। ਬਾਕੀ ਹਜੇ 8-7 ਦਿਨਾਂ ਦੇ ਵਿੱਚ ਪੂਰਾ ਬਣ ਕੇ ਤਿਆਰ ਹੋ ਜੂਗੀ ਥੱਲਿਓ। ਸਿੰਗਲ ਹੱਡੀ ਦੀ ਆ ਅਤੇ ਨੀਲੀ ਦੇ ਵਿੱਚ ਦੋਸਤੋ ਇਹ ਆ ਜਾਂਦੀ, ਠੀਕ ਹੈ ਜੀ। ਸੋ ਫੇਸ ਕੁਆਲਿਟੀ ਸਿੰਗਾਂ ਸੁੰਗਾਂ ਦੀ ਆਹ ਪ੍ਰੋਪਰ ਤੁਸੀਂ ਦੇਖ ਲਓ, ਠੀਕ ਹੈ। ਠੀਕ ਹੈ, ਤੇ ਕੋਮਲ ਕੀ ਕਰਦੇ ਡਿਮਾਂਡ ਇਹਦੀ? ਸੰਧੂ ਸਾਹਿਬ ਜਿੱਦਾਂ ਨੀ ਮੈਂ ਨਿਗਰ ਨੁਗਰ, ਮੁੱਲ 80-85 ਕੋਈ ਨੀ ਕਰਨਾ ਆਪਾਂ, ਮੁੱਲ 75,000 ਜੋ ਸਿੱਧੀ 5,000 ਛੋੜ 70,000 ਦੀ ਦੇ ਦਾਂਗੇ। 70,000 ਦੀ, ਹਾਂਜੀ। ਘਰੇ ਆਏ ਭੈਣ ਭਰਾ ਦਾ ਵੀ ਮਾਨਤਾਨ ਕਰ ਦਾਂਗੇ, ਕੋਈ ਗੱਲ ਨੀ। ਠੀਕ ਹੈ ਜੀ, 70 ਚੋਂ ਵੀ ਕਰ ਦਿਆ ਜੀ, ਹਾਂਜੀ 70 ਚੋਂ ਵੀ ਮਾਨਤਾਨ ਕਰ ਦਾਂਗੇ, ਕੋਈ ਗੱਲ ਨੀ। ਲਓ ਵੀ 70,000 ਦੇ ਵਿੱਚੋਂ ਵੀ ਦੋਸਤੋ ਮਾਨਤਾਨ ਹੋ ਜੂਗਾ, ਠੀਕ ਹੈ ਜੀ। ਡਿਮਾਂਡ 72-75 ਚਾਹੇ ਕੁਝ ਵੀ ਆ, ਤੇ 70,000 ਦੇ ਵਿੱਚੋਂ ਮਾਨਤਾਨ ਹੋ ਜੂਗਾ। ਸੋ ਬਾਕੀ ਮੱਝ ਪੂਰੀ ਵਜਨ ਵਾਲੀ ਆ, ਠੀਕ ਹੈ ਜੀ। ਹਾਈਟ ਮੀਡੀਅਮ ਕੋਈ ਮੰਨ ਕੇ ਮੇਰਾ ਭਰਾ ਸੌਦਾ ਕਰ ਲੈ, ਠੀਕ ਆ। ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਇਹ ਆਪਾਂ ਮੱਝ ਦਿਖਾ ਦਿੰਦੇ ਆ, ਇਹ ਵੀ ਗੱਭਣ ਆ ਸੰਧੂ ਸਾਹਿਬ, ਇਹ ਵੀ ਗੱਭਣ ਆ ਜੀ। ਅੱਛਾ, ਇਹਦਾ ਸੂਆ ਕਿੰਨਵਾਂ ਜੀ? ਸੰਧੂ ਸਾਹਿਬ ਦੂਜਾ ਸੂਆ ਜੀ ਇਹ, ਹਾਂਜੀ। ਤੇ ਜਾਣ ਕੇ ਇਹ ਵੀ ਹਫਤਾ ਕੁ ਲੈ ਜੂਗੀ ਅਜੇ, ਬਾਕੀ ਐਨ ਸੀਲ ਸਲੱਗ ਪਾੜੀ ਜਾਦੀ ਹੈ ਤੇ ਗਾਈਆਂ ਦਾ ਹੀ ਤਰੇਖੋ ਜਿੰਨਾ ਮਰਜ਼ੀ ਚੱਲੇ। ਲੋ ਵੀ ਭਰਾਵੋ ਆਹ ਕਰੋ ਚੈੱਕ, ਠੀਕ ਆ ਜੀ। ਸੋ ਆਰਡਰ ਉੱਡਰ ਜਿਹੜਾ ਦੋਸਤੋ ਫਿਕਸ ਆਰਡਰ ਦੇ ਵਿੱਚ ਆ, ਕਸਮੇ ਲੇਵੇ ਦੀ ਆ, ਐਨ ਪੱਧਰੀ ਇੱਕ ਸਾਰਾ ਜੀ ਐਨ ਆ ਪੱਧਰ ਵਿਖਾਲਾ ਬੈਕ ਸਾਈਡ ਤੋਂ। ਅੱਛਾ, ਕੱਢੂ 5-4 ਦਿਨ ਅਜੇ? ਹਾਂਜੀ, 5 ਕੁ ਦਿਨ, 5-6 ਦਿਨ ਕੱਢ ਹੀ ਜਾਊਗੀ ਜੀ। ਠੀਕ ਆ ਜੀ, ਲਓ ਦੋਸਤੋ 5-4 ਕੁ ਦਿਨ ਨੋਰਮਲ ਹਜੇ ਲੈ ਜਾਊਗੀ। ਸੋ ਥਣ ਥੁਣ ਬਹੁਤ ਸੋਹਣਾ, ਜਿੱਦਾਂ ਪਹਿਲਾਂ ਦੂਜਣ ਝੋਟੀਆਂ ਦਾ ਆਪਾਂ ਥਣ ਦੇਖਦੇ ਹਾਂ, ਮੁੱਠੀ ਥਣ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ, ਠੀਕ ਆ ਜੀ। ਸੋ ਦੂਜਾ ਸੂਆ ਇਹ ਜਿਹੜੀ ਦੋਸਤੋ ਝੋਟੀ ਦੀਆਂ ਸੂਣਾ, ਤੇ ਦੇਣ ਮੈਂ ਤੁਹਾਨੂੰ ਦੱਸ ਹੀ ਦਿੱਤੇ 5-7 ਕ, ਤੇ ਇਹਦੀ ਵੀ ਪੂਰੀ ਸੰਧੂ ਸਾਹਿਬ ਐ ਪੂਰੀ ਫੁੱਲ ਸਲੀ ਆਪਣੀ ਤਿੱਪੜ ਤੁੱਪਣਾ ਇੱਕ ਨੰਬਰ ਆ ਜੀ, ਐ ਚਵਾਈ ਪੂਰੀ ਇੱਕ ਨੰਬਰ ਨਿਕਲੂਗੀ। ਠੀਕ ਹੈ ਜੀ, ਹਾਂਜੀ, ਪੋਲੀ ਨਿਕਲੂ ਪੂਰੀ। ਠੀਕ ਹੈ, ਲਿਆਓ ਕੋਮਲ ਖੋਲ ਦਈਏ ਵੀਰ। ਤੇ ਹਾਈਟ ਜਿਹੜੀ ਦੋਸਤੋ ਇਹਦੀ ਮੀਡੀਅਮ ਦਰਮਿਆਨੀ ਹਾਈਟ ਆ, ਠੀਕ ਹੈ ਜੀ। ਸੋ ਬਹੁਤੇ ਵੀਰ ਦੂਰੋਂ ਨੇੜੇ ਤੁਸੀਂ ਤੁਰਦੇ ਜੇ, ਠੀਕ ਹੈ ਜੀ। ਸੋ ਪੂਰਾ ਬਾਡੀ ਸਟਰਕਚਰ ਆ ਤੁਸੀਂ ਵੇਖ ਲਓ, ਠੀਕ ਹੈ ਜੀ। ਸੋ ਪੂਰੀ ਬਾਡੀ ਬਣਤਰ, ਤੋਰਾ, ਫੇਸ ਕੁਆਲਿਟੀ ਆਹ ਕਰੋ ਚੈੱਕ। ਸੋ 5-6, 5-4 ਦਿਨ ਦੋਸਤੋ ਨੋਰਮਲ ਹਜੇ ਆਰਾਮ ਨਾਲ ਲੈ ਜਾਣੇ ਨੇ, ਸੁਣਦੀ ਨਹੀਂ ਗੀ ਅਜੇ 5-4 ਦਿਨ। ਬਾਕੀ ਥੱਲਿਓ ਢਿਲ ਢੁਲ ਕਾਫੀ ਹੈ ਲੇਵੇ ਦੇ ਵਿੱਚ। ਸੋ ਬਾਕੀ ਜਿੰਨਾ ਬਣਾ ਕੇ ਤਿਆਰ ਕਰੀ ਖੜੀ ਕਰਮ ਵਾਲੀ, ਹੋ ਸਕਦਾ ਦੋਸਤੋ ਦਿਨ ਪੂਰੇ ਕਰ ਗਈ ਹੋਵੇ, ਉੱਪਰਲੇ ਦਿਨ ਜਿਹੜੇ ਆ ਉਹ ਹੀ ਜਾਣ ਡੇ ਹੁਣ ਇਸ ਝੋਟੀ ਦੇ। ਠੀਕ ਹੈ ਜੀ, ਤੇ ਕੋਮਲ ਬਾਕੀ ਓਵਰਆਲ ਬਾਕੀ ਸਾਰੀ ਚੰਗੀ, ਚਾਰੂ ਚੂਰੂ ਚੰਗੀ ਆ? ਸੰਧੂ ਸਾਹਿਬ ਐ ਪੂਰੀ ਗੋਲ ਸਰਾਣੇ ਅਰਗੀ ਆ, ਰੱਜੀ ਪਈ ਆ ਪੂਰੀ। ਹਾਂਜੀ ਹਾਂਜੀ, ਬਾਕੀ ਤਿੱਪੜ ਤੁੱਪਣਾ ਤਸੱਲੀ ਆ ਆਪਣੀ, ਕੋਈ ਭਾਰ ਪਿਛੜੀ ਆਪਣੀ, ਫੁੱਲ ਗਰੰਟੀ ਆ 2 ਦਿਨਾਂ ਦੀ। ਠੀਕ ਆ ਜੀ, ਹਾਂਜੀ ਹਾਂਜੀ, ਉਹ ਜਿਹਾ ਕੰਮ ਕੋਈ ਨਹੀਂ ਹੈਗਾ ਵੀ ਇਹ ਨਹੀਂ ਵੀ ਘਰੇ ਅਗਲੇ ਜਾ ਕੇ ਪਿਛਾ ਮਾਰੀ ਜਾਊਗੀ। ਲਓ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਔਰ ਨਹੀਂ ਹੈਗੀ, ਠੀਕ ਆ ਜੀ। ਨਾ ਭਾਰ ਪਿੱਛੇ ਦੀ ਸਮੱਸਿਆ, ਨਾ ਕੋਈ ਥਣਾ ਦੇ ਵਿੱਚ ਵਾਧ ਘਾਟ, ਨਾ ਤਿੱਪਣ ਮਾੜੀ ਨਿਕਲੂਗੀ। ਪਰ ਫਿਰ ਵੀ ਮੇਰਾ ਭਰਾ ਇੱਥੇ ਜਿਹਨੇ ਪੈਸੇ ਲਾਉਣੇ ਆ, ਪੈਸੇ ਲੱਗ ਜਾਂਦੇ ਆ, ਤਸੱਲੀ ਜ਼ਰੂਰ ਕਰੇ ਜੀ ਆਪਦੀ, ਤਸੱਲੀ ਜ਼ਰੂਰ ਕਰੇ। ਵਾਰ-ਵਾਰ ਕਹੀਦਾ ਵੀ ਤਸੱਲੀ ਕਰੋ, ਕਿਉਂਕਿ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਭਾ ਲੈਣਾ ਦੇਣਾ ਮਾੜੀ ਗੱਲ ਆ। ਪਹਿਲਾਂ ਤਸੱਲੀ ਕਰੋ ਮੇਰਾ ਵੀਰ, ਪੈਸੇ ਗਿਣਾਉਣ ਤੋਂ ਪਹਿਲਾਂ ਆਪਣੇ ਪਸ਼ੂ ਦੀ ਪੂਰੀ ਤਸੱਲੀ ਕਰੋ। ਅੱਛਾ ਕੋਮਲ, ਦਵਾਂਗੇ ਕਿੰਨੇ ਦੀ ਭਰਾ? ਸੰਧੂ ਸਾਹਿਬ ਇਹਦਾ ਮੁੱਲ ਆ 72,000। 72, ਹਾਂਜੀ, 70 ਦੀ ਦੇ ਦਾਂਗੇ ਵੀ, ਤੇ ਹੋਰ ਕਰ ਦਈਏ ਜੀ? ਨਹੀਂ ਕੋਮਲ, ਗੱਲ ਜੀ ਨਹੀਂ ਬਣੀ ਅਜੇ, ਹੋਰ 2 ਛੱਡ ਦਾਂਗੇ।
ਆਪਣੀ ਮਰਜ਼ੀ ਆ, ਪਰ ਜੋ ਨੋਰਮਲ ਹਰ ਇੱਕ ਭੈਣ ਭਰਾ ਸੱਜਣ ਨੇ ਆਪਣਾ ਤੁਰ ਫਿਰ ਕੇ ਜਿਹੜਾ ਬਾਜ਼ਾਰ ਵੇਖਿਆ ਹੁੰਦਾ ਤੁਸੀਂ, ਤੇ ਫਿਰ ਵੀ ਕਿਸੇ ਵੀਰ ਨੂੰ ਜਿੰਨੀ ਵਾਰਾ ਖਾਂਦੀ ਆ, ਤੁਸੀਂ ਕਾਲ ਕਰਕੇ ਆਪਣੀ ਤਹਿ ਬਿਠਾ ਲਿਓ, ਠੀਕ ਆ। 60,000 ਦੀ ਇਹ ਤੁਹਾਨੂੰ ਮਿਲ ਜੂਗੀ, ਉਹਦੇ ਚੋਂ ਵੀ ਛੋਟ ਛਾਪਾ ਮਾਣਤਾਨ ਹੋ ਜੂਗਾ, ਚੰਗੀ ਝੋਟੀ ਆ। ਲੈ ਵੀ ਕੋਮਲ, ਅੱਗੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਸੂਈ ਹੈ, ਸੰਧੂ ਸਾਹਿਬ ਤੀਜਾ ਹੀ ਨੰਬਰ ਆ ਤੇ ਤੀਜਾ ਹੀ ਸੂਆ ਜੀ ਇਹ। ਲੈ ਸੂਆ ਵੀ ਤੀਜਾ ਹੀ ਆ। ਹਾਂਜੀ ਹਾਂਜੀ। ਕਿੰਨੇ ਕਿ ਦਿਨਾਂ ਦੀ ਸੂਈ ਆ? ਇਹ ਸੂਈ ਹੈਗੀ ਆ ਜੀ 5-6 ਦਿਨਾਂ ਦੀ ਜੀ। 5-6 ਦਿਨਾਂ ਦੀ। ਹਾਂਜੀ ਹਾਂਜੀ। ਬਾਕੀ ਮੱਝ ਜਿਹੜੀ ਦੋਸਤੋ ਫੁੱਲ ਵੱਡੇ ਢਾਂਚੇ ਦੀ ਆ, ਪੂਰੀ ਵੱਡੀ ਆ, ਠੀਕ ਆ ਜੀ। ਜਿਹੜੀਆਂ ਪਹਿਲਾਂ ਦੋ ਮੱਝਾਂ ਦਿਖਾਈਆਂ ਉਹ ਮੀਡੀਅਮ ਹਾਈਟ ਦੇ ਵਿੱਚ ਆ, ਇਹ ਪੂਰੇ ਵੱਡੇ ਕੱਦ ਬੋਤ ਵਿੱਚ ਆ, ਫੁੱਲ ਵੱਡੀ ਨੀਲੀ ਦਾ ਪੱਖ ਆ। ਸੰਧੂ ਸਾਹਿਬ ਇਹ ਮਗਰਲੇ ਥਣ ਦੀ ਤਿੱਲ ਵਾ ਜੀ ਮੈਂ। ਮਗਰਲੇ ਥਣੋਂ ਤਿੱਲ ਆ। ਹਾਂਜੀ। ਕਿੰਨੇ ਕੁ ਦਿਨਾਂ ਦੀ ਸੂਈ ਦੱਸਿਆ? ਸੰਧੂ ਸਾਹਿਬ ਇਹ ਹਫਤੇ ਦੇ ਲਗਭਗ ਸੂਈ ਹੈ ਜੀ। ਹਫਤੇ ਦੀ। ਹਾਂਜੀ। ਕਿੰਨੇ ਕੁ ਦੁੱਧ ਤੇ ਚੱਲਣ ਦੀ ਹੋਣਾ? ਉਹ ਸੰਧੂ ਸਾਹਿਬ 8 ਕਿਲੋ ਦੁੱਧ ਆ ਜੀ, ਆਪਾਂ ਚਵਾ ਕੇ ਦੇਵਾਂਗੇ ਜੀ। 8 ਕਿਲੋ। ਆ ਤਿੰਨੇ ਥਣ ਪੂਰੇ ਵਰਦੇ ਆ ਜੀ। ਮਗਰ ਕੱਟਾ ਜੀ? ਹਾਂਜੀ ਮਗਰ ਕੱਟਾ ਜੀ। ਲਓ ਵੀ ਆ ਮਗਰ ਕੱਟਾ ਦੋਸਤੋ, ਠੀਕ ਆ ਜੀ। 8 ਕਿਲੋ ਦੁੱਧ ਇਹਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ। ਇੱਕ ਤੁਹਾਨੂੰ ਦੋਸਤੋ ਤਿੱਲ ਆ, ਮਗਰਲੇ ਤੁਹਾਨੂੰ ਤਿੱਲ ਆ, ਠੀਕ ਆ ਜੀ। ਆ ਤੁਹਾਨੂੰ ਦਿਖਾ ਦਿੰਦੇ ਆ ਬਹਿਣੀ ਬਾਈ ਵਾਲਾ, ਠੀਕ ਆ ਜੀ। ਮਗਰਲਾ ਥਣ ਜਿਹੜੇ ਪਾਸੇ ਆਪਾਂ ਨੋਰਮਲੀ ਆਪਾਂ ਚਵਾਈ ਬੈਠ ਕੇ ਕਰਦੇ ਆ, ਉਹ ਮਗਰਲੇ ਥਣੋਂ ਤੇਲ ਆ, ਠੀਕ ਆ ਜੀ। ਬਾਕੀ ਤਿੰਨੇ ਥਣ ਵਰਤੇ ਆ, ਜਿੱਦਾਂ ਮਰਜ਼ੀ ਮੇਰਾ ਭਰਾ ਕੋ ਚੋ ਕੇ ਆਪਣੀ ਤਸੱਲੀ ਕਰ ਲਈ। 8 ਕਿਲੋ ਧਾਰਾਂ ਆ ਇਸ ਵਕਤ ਇਹਦੇ ਥੱਲੇ ਆ, ਅਜੇ ਸੂਆ ਵੀ ਕੁਝ ਕੁ ਦਿਨਾਂ ਦਾ, ਬਾਕੀ ਬੱਚਾ ਤੁਸੀਂ ਵੇਖ ਸਕਦੇ ਬਿਲਕੁਲ ਕੂਲਾ ਬੱਚਾ, ਤੇ ਦੁੱਧੋਂ ਕਰਮ ਵਾਲੀ ਹੋਰ ਵੱਧ ਜੂਗੀ ਫਿਲਹਾਲ। ਸੂਆ ਤੀਜਾ, ਠੀਕ ਆ ਜੀ। ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ, ਤੇ ਕੱਦ ਕੁੱਦ ਬਹੁਤ ਵੱਡਾ ਦੋਸਤੋ, ਵੱਡਾ ਢਾਂਚਾ ਢੂੰਚਾ, ਕੋਈ ਦੂਰੋਂ ਮੇਰਾ ਭਰਾ ਨੇੜਿਓਂ ਆ ਰਿਹਾ ਤੇ ਜੋ ਤੁਹਾਨੂੰ ਦੱਸ ਦਈਦਾ, ਕਿਉਂਕਿ ਅਸਲ ਦੇ ਵਿੱਚ ਦੋਸਤੋ ਕਈ ਵਾਰੀ ਵੀਰ ਵੇਖ ਕੇ ਜੱਜਮੈਂਟ ਕਰਦੇ ਆ, ਕਈ ਨਾ ਪਸ਼ੂ ਛੋਟਾ ਜ਼ਿਆਦਾ ਵੱਡਾ ਲੱਗਦਾ, ਤੇ ਇਹ ਵੈਸੇ ਜਿਹੜੀ ਵੱਡੇ ਕੱਦ ਕਾਠ ਦੇ ਵਿੱਚ ਫੁੱਲ ਵੱਡੀ ਹਾਈਟ ਦੇ ਵਿੱਚ ਆ, ਦੇਖੋ ਜੀ ਮੈਂ ਕਹਿੰਦੀ ਸੰਧੂ ਸਾਹਿਬ ਜਹਾਜ਼ ਹੀ ਇਹਦੇ ਮੈਂ। ਬਿਲਕੁਲ ਬਿਲਕੁਲ। ਮਗਰਲੇ ਥਾਂ ਦੀ ਹੁੰਦੀ ਨਾ ਤਿਲ ਤੇ ਫਿਰ ਤਾਂ ਗੱਲਾਂ ਹੀ ਗਾਉਂਦੀਆਂ ਸੀ। ਹਾਂਜੀ ਹਾਂਜੀ। ਏਡੀ ਵੱਡੀ ਮੱਝ, ਏਡੇ ਢਾਂਚੇ ਢੂੰਚਲੀਆਂ ਮੱਝਾਂ, ਤਾਂ ਉਸ ਤੋਂ ਬਹੁਤ ਘੱਟ ਆਪਾਂ ਦੇਖਦੇ ਹਾਂ, ਠੀਕ ਆ। ਤੇ ਪੂਰਾ ਵੱਡਾ ਕੱਦ ਬੋਤੀ ਇਸ ਮੈਂ ਦਾ। ਬੱਚੇ ਬੁੱਚੇ ਲੈਣ ਨੂੰ ਸੰਧੂ ਸਾਹਿਬ ਬਹੁਤ ਵਧੀਆ ਮੈਂ ਜੀ। ਬਿਲਕੁਲ ਜੀ। ਸੋ ਬਾਕੀ ਰੇਟ ਪੜਤਾ ਆਪਾਂ ਪੁੱਛ ਲੈਨੇ ਆ। ਅੱਛਾ ਕੋਮਲ, ਬਾਕੀ ਜਿਹੜੇ ਤਿੰਨੇ ਥਾਣਾ ਉਹਨਾਂ ਦੇ ਵਿੱਚ ਕੋਈ ਡਿਫੈਕਟ? ਸੰਧੂ ਸਾਹਿਬ ਪੂਰੀ ਵਰਦੀ ਆ, ਕੋਈ ਗੱਲ ਨਹੀਂ, ਤਿੰਨਾ ਥਾਣਾ ਦੀ ਕੋਈ ਗੱਲ ਨਹੀਂ। ਹਾਂ ਦੇਖੋ ਇਹ ਸਿਲਸਿਲਾ ਗੱਲ ਹੋ, ਇਦਾਂ ਤਾਂ ਇਦਾਂ ਹੀ ਥੱਲੇ ਪੈ ਜਾਵੇ, ਇਹ ਤਾਂ ਬੱਚਾ ਵੀ ਨਹੀਂ ਲਾਇਆ ਜੀ। ਠੀਕ ਹੈ ਜੀ। ਆ ਦੇਖੋ ਲਓ ਜੀ, ਠੀਕ ਹੈ। ਪਸ਼ਮੀਨੀ ਉਦਾਂ ਹੀ ਹੈ ਜੀ। ਹਾਂ ਪਸ਼ਮੀਨੀ ਕੀ ਦੋਸਤੋ ਵੈਸੇ ਧਾਰ ਧੂਰ ਲੈਂਦੀ ਆ, ਕੋਈ ਗੱਲ ਹੀ ਨਹੀਂ, ਇਹ ਜਿੰਨਾ ਬਗੈਰ ਬੱਚੇ ਚੋਈ ਜਾਓ ਕੋਈ ਚੱਕਰ ਨਹੀਂ, ਲਓ ਜੀ ਇਹ ਮਿੱਠੀ ਆ ਪੂਰੀ, ਠੀਕ ਹੈ, ਕੋਈ ਚੱਕਰ ਹੀ ਨਹੀਂ ਹੈ ਜੀ, ਕੋਈ ਵੀ ਘਰੂੜ ਨਹੀਂ ਹੈਗੀ, ਪੋਲੀਆਂ ਮੋਕਿਆਂ ਨੂੰ ਵਰਨ ਦਈ ਹੈ ਜੀ। ਕਈ ਵੀਰਾਂ ਬਹੁਤੇ ਵੀਰ ਮਹੀਨੇ 2 ਮਹੀਨੇ ਦੇ ਬੱਚੇ ਤੋਂ ਬਾਅਦ ਦੋਸਤੋ ਬੱਚਾ ਲਾ ਲੈਂਦੇ ਆ, ਪਹਾੜੇ ਤੇ ਕਰ ਲੈਂਦੇ ਆ, ਤੇ ਪਹਾੜੇ ਥਾਪੀ ਤੇ, ਜਿਹੜੀ ਥਾਪੀ ਤੇ ਜਾਂ ਧਾਰ ਤੇ ਤੁਸੀਂ ਬਾਅਦ ਵਿੱਚ ਵੀ ਆਰਾਮ ਨਾਲ ਚਵਾਈ ਕਰ ਸਕਦੇ ਜੀ। ਆ ਦੇਖੋ ਜੀ, ਤੋਂ ਮੋਟੀ ਧਾਰ ਤੇ 1 ਨੰਬਰ ਚਵਾ, ਠੀਕ ਆ। ਆ ਦੇਖੋ ਇਹ ਪਸ਼ਮੀਨੀ ਉਦਾਂ ਹੀ ਹੈ ਜੀ। ਬਾਕੀ ਸਿਲਸਿਲਾ ਕਪਾਲੀ ਜਾਂਦੀ ਆ, ਕੋਈ ਬੱਚਾ ਨਹੀਂ ਲਾਇਆ, ਕੋਈ ਉਹੋ ਜਿਹੀ ਗੱਲ ਨਹੀਂ, ਆ ਵੇਖੋ ਦੋ ਧਾਰਾ ਮਾਰੋ ਉਸ ਵੇਲੇ, ਸਹੀ ਹੈ, ਚੱਕਰ ਹੀ ਨਹੀਂ, ਜਿੱਦਾਂ ਮਰਜ਼ੀ ਹੱਲੇ ਨੇ ਬੱਚੇ ਚੋਈ ਜਾਣ। ਇਹ ਦਵਾਂਗੇ ਕੀ ਮੁੱਲ ਕੀ ਕਰਦੇ ਹੁੰਦਾ? ਸੰਧੂ ਸਾਹਿਬ ਜਿੰਨੀਆਂ ਸੀਲੀਆਂ ਸਾਲੀਆਂ, ਮੈਂ ਤਾਂ ਮੁੱਲ ਹੀ ਕੋਈ ਨਹੀਂ ਹੈ ਜੀ। ਅੱਛਾ ਜੀ। ਹਾਂਜੀ ਥਣ ਦੀ ਬਾਅਦ ਵੱਜ ਲੱਗੀ ਆ ਮੈਨੂੰ, ਬੱਚੇ ਬੁੱਚੇ ਲੈਣ ਨੂੰ ਬਹੁਤ ਵਧੀਆ ਟੌਪ ਦੀ, ਮੈਂ ਆਪਾਂ ਮੁੱਲ ਕਰਨਾ ਜੈਜੀ, ਜੈਜੀ ਲਈ ਜੈਜੀ ਦੇ ਦੇਣੀ, ਮੁੱਲ ਇਹਦਾ 70,000 ਆ ਜੀ, ਉਹ ਚੋਂ ਸਿੱਧੀ 5 ਛੋਟ ਕਰ ਦੇਣੀ, 65 ਦੀ ਦੇ ਦੇਣੀ।
65,000 ਦੀ। ਹਾਂਜੀ ਕੋਈ ਕਸਰ ਕੁਸਰ ਰਹਿ ਗਈ ਹੋਵੇ 4,000 ਛੱਡ ਦਾਂਗੇ ਸੰਧੂ ਦਾ, 64 ਦੀ ਦੇ ਦਾਂਗੇ। 64 ਦੀ ਹਾਂਜੀ, ਲਓ ਵੀ 64,000 ਦੀ ਦੋਸਤੋ ਇਹ ਹਾਂ ਨਾ ਹੋ ਜੂਗੀ। ਵੱਡੀ ਮੱਝ ਮਗਰ ਬੱਚਾ ਮੇਲ ਕਾ ਆਪਾਂ ਕੱਟੇ ਨੂੰ ਜਨਮ ਦਿੱਤਾ, 8 ਕਿਲੋ ਦੁੱਧ, ਹਜੇ ਕੁਝ ਕੁ ਦਿਨਾਂ ਦੀ ਸੂਈ ਹੈ, ਠੀਕ ਹੈ ਜੀ, ਤੇ ਬਿਲਕੁਲ ਸੱਜਰ ਆ ਸੰਧੂ ਸਾਹਿਬ। ਤੋਕਣ ਵਾਲਾ ਮੁੱਲ ਵਾ, 3 ਥਾਂ ਚੱਲਦੇ ਡੇਰੀ ਦੇ, ਮਤਲਬ ਦੀ ਬਹੁਤ ਵਧੀਆ ਮੈਂ ਆ। ਠੀਕ ਹੈ ਜੀ। ਤੇ ਵੀ ਕੋਮਲ ਇਹ ਵੀਰੇ ਅੱਜ ਨਾਗ ਸੀ ਆਪਣੇ ਕੋਲ। ਹਾਂਜੀ ਹਾਂਜੀ। ਤਾਂ ਦੋਸਤੋ 3 ਨਾਗ ਜਿਹੜੇ ਆਪਾਂ ਅੱਜ ਤੁਹਾਨੂੰ ਦਿਖਾਉਣੇ ਸੀਗੇ ਬਾਈ ਕੋਮਲ ਦੇ ਘਰੋਂ, 2 ਗੱਬਣ ਮੱਝਾਂ ਦਿਖਾਤੀਆਂ ਨੇ। ਬਾਕੀ ਰੇਟ ਪੜਤਾ ਜਿਹੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਬਿਲਕੁਲ ਜਾਇਜ਼ ਹੀ ਹੁੰਦਾ, ਅੱਜ ਵੀ ਬਿਲਕੁਲ ਜਾਇਜ਼ ਹੀ ਰੇਟ ਸੀਗਾ। ਤੇ ਆਓ ਆਪਣਾ ਜਿਹੜਾ ਦੋਸਤੋ ਤੁਸੀਂ ਨਰਕ ਪਰਖਾ ਤਸੱਲੀ ਕਰੋ। ਫਿਲਹਾਲ ਦੋਸਤੋ ਇਹ ਆਪਾਂ ਤੁਹਾਨੂੰ ਨਾਗ ਦਿਖਾਉਣੇ ਸੀ। ਤੇ ਕੋਮਲ ਇੱਕ ਨੰਬਰ ਬੋਲ ਗਿਆ ਵੀਰੇ, ਨੰਬਰ ਆਪਣਾ 7347719822, ਪਿੰਡ ਸ਼ਕਰੀ, ਜ਼ਿਲ੍ਹਾ ਤਰਨ ਤਾਰਨ, ਯਾਨੀ ਕਿ ਸਰਿਆਲੀ ਤੋਂ 2-2.5 ਕਿਲੋਮੀਟਰ ਆ ਜੀ। ਠੀਕ ਆ ਜੀ। ਹਾਂਜੀ ਹਾਂਜੀ। ਬਾਕੀ ਜਿਹੜੇ ਭੈਣ ਭਰਾ ਨੇ ਮਾਲ ਲੈਣਾ ਉਹਦੀ ਤਸੱਲੀ ਕਰੋ, ਕਿਉਂਕਿ ਅਫਗਾਨੇ ਘਰਾਂ ਤੋਂ ਆਈਆਂ, ਆਪਣੇ ਘਰ ਦੀ ਕੋਈ ਨਹੀਂ ਹੈ ਜੀ। ਹਾਂਜੀ ਹਾਂਜੀ, ਕਿਉਂਕਿ ਇਹਨਾਂ ਭੈਣ ਭਰਾਵਾਂ ਦੇ ਘਰਾਂ 'ਚੋਂ ਆਈਆਂ ਜਿਨ੍ਹਾਂ ਦੇ ਆਪਾਂ ਖਰੀਦੀਆਂ ਜੀ। ਠੀਕ ਹੈ। ਹਾਂਜੀ, ਲਓ ਵੀ ਭਰਾਵੋ, ਠੀਕ ਆ ਜੀ, ਇਹ ਨੰਬਰ ਆ, ਨੰਬਰ ਸਕਰੀਨ 'ਤੇ ਚੱਲ ਰਿਹਾ ਦੋਸਤੋ। ਅਤੇ ਪਸ਼ੂ ਆਉਂਦੇ ਰਹਿੰਦੇ ਆ, ਵਾਜਬ ਰੇਟ ਆ, ਜਾਇਜ਼ ਰੇਟ ਆ, ਇੱਥੇ ਆ ਕੇ ਮੇਰਾ ਵੀਰ ਆਪਣੀ ਤਸੱਲੀ ਕਰਕੇ ਲੈ ਕੇ ਜਾਓ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।